ਦਿੱਲੀ ਵਿੱਚ ਬੀਤੇ ਦਿਨੀ ਮੁਸਲਿਮ ਭਾਈਚਾਰੇ ਵਿਰੁੱਧ ਭੜਕਾਈ ਗਈ ਵਿਆਪਕ ਫਿਰਕੂ ਹਿੰਸਾ ਦੇ ਮੁਕੰਮਲ ਖਾਤਮੇ ਲਈ ਨਾਗਰਿਕਤਾ ਹੱਕਾਂ ਤੇ ਹਮਲੇ ਵਿਰੁੱਧ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਵੱਲੋਂ ਪੰਜਾਬ ਦੇ 12 ਜ਼ਿਲ੍ਹਾ ਕੇਂਦਰਾਂ ਅਤੇ 2 ਤਹਿਸੀਲ ਕੇਂਦਰਾਂ ਵਿੱਚ ਅਮਨ ਮਾਰਚ ਅਤੇ ਬਰਨਾਲਾ ਵਿਖੇ ਰੇਲਾਂ ਦਾ ਚੱਕਾ ਜਾਮ ਕਰਕੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਸਾਡੀ ਭਾਰਤ ਦੀ ਸਰਕਾਰ ਅੱਖਾਂ ਵਿੱਚ ਚੁੱਪ ਕਰੀ ਬੈਠੀ ਹੈ, ਉੱਥੇ ਧੜਾ ਧੜ ਸਾਡੇ ਭਰਾਵਾਂ ਦੀਆਂ ਜਿਹੜੀਆਂ ਮੌਤਾਂ ਨੇ ਉਹਨਾਂ 'ਚ ਵਾਧਾ ਹੋ ਰਿਹਾ ਹੈ। ਕਿਵੇਂ ਮੁਸਲਮਾਨ ਭਰਾਵਾਂ ਦੇ ਉੱਤੇ ਇੱਥੋਂ ਰਾਜ ਕਰਦੀ ਸਰਕਾਰ ਦੇ ਜਿਹੜੇ ਆਪਦੇ ਪਾਲੇ ਹੋਏ ਲੋਕ ਨੇ, ਜਿਨ੍ਹਾਂ ਨੇ ਸ਼ਰੇਆਮ ਬਿਆਨ ਦਿੱਤੇ ਅਤੇ ਨਾਲ ਦੀ ਨਾਲ ਉਹ ਗੁੰਡਾਗਰਦੀ ਗੈਂਗ ਬਣਾ ਬਣਾ ਕੇ ਲੋਕਾਂ ਦੀਆਂ ਦੁਕਾਨਾਂ ਸਾੜੀਆਂ, ਘਰ ਫੂਕੇ ਗਏ ਅਤੇ ਲੋਕਾਂ ਦੇ ਕਤਲ ਕੀਤੇ ਗਏ ਨੇ। ਅਸੀਂ ਭਾਰਤ ਦੇ ਲੋਕ, ਪੰਜਾਬ ਦੇ ਲੋਕ, ਸਿੱਖ ਧਰਮ ਨਾਲ ਜੁੜੇ ਲੋਕ ਇਹ ਸਮਝਦੇ ਹਾਂ ਕਿ ਸਾਡਾ ਫਰਜ਼ ਹੈ। ਉਹ ਅੱਜ ਜੇ ਸਾਡੇ ਭਰਾ ਮੁਸਲਮਾਨ ਭਰਾਵਾਂ 'ਤੇ ਜ਼ਬਰ ਹੋ ਰਿਹਾ ਕਿ ਅਸੀਂ ਮੈਦਾਨ 'ਚ ਆਈਏ ਉਹਨਾਂ ਦੀ ਮਦਦ ਦੇ ਲਈ ਅਤੇ ਸਰਕਾਰ ਨੂੰ ਉਹ ਨਾਗਰਿਕਤਾ ਸੋਧ ਜਿਹੜਾ ਕਾਨੂੰਨ ਹੈ ਉਹਨੂੰ ਵਾਪਸ ਕਰਨ ਲਈ ਮਜਬੂਰ ਕਰੀਏ। ਤਾਂ ਕਰਕੇ ਅੱਜ ਅਸੀਂ ਵੱਡੀ ਗਿਣਤੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਦੇ ਥੱਲੇ ਇਕੱਠੇ ਹੋਏ ਹਾਂ ਤੇ ਅਸੀਂ ਆਪਦਾ ਪ੍ਰੋਗਰਾਮ ਕਰਾਂਗੇ। ਜੇ ਸਾਡੀ ਗੱਲ ਸਰਕਾਰ ਨਹੀਂ ਸੁਣੂ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਜਥੇਬੰਦਕ ਜਥੇਬੰਦੀਆਂ ਜੋਗਿੰਦਰ ਸਿੰਘ ਉਗਰਾਹਾ, ਰਾਜਵਿੰਦਰ ਸਿੰਘ ਲੁਧਿਆਣਾ, ਕਵਲਪ੍ਰੀਤ ਸਿੰਘ ਪੰਨੂ ਵੱਲੋਂ ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੁਧਿਆਣਾ, ਪਟਿਆਲਾ, ਸੰਗਰੂਰ, ਬਠਿੰਡਾ, ਮੋਗਾ, ਫਰੀਦਕੋਟ, ਮੁਕਤਸਰ, ਮਾਨਸਾ, ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਖੇ ਜ਼ਿਲ੍ਹਾ ਕੇਂਦਰਾਂ ਅਤੇ ਜ਼ੀਰਾ ਫਿਰੋਜ਼ਪੁਰ, ਜਲਾਲਾਬਾਦ, ਫਾਜ਼ਿਲਕਾ ਤਹਿਸੀਲ ਕੇਂਦਰਾਂ ਵਿੱਚ ਕੁੱਲ ਮਿਲਾ ਕੇ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਲੋਕ ਅਤੇ ਬਰਨਾਲਾ ਦੇ ਜੇਲ੍ਹ ਜਾਮ ਵਿੱਚ ਵੀ 2000 ਤੋਂ ਵੱਧ ਕਿਸਾਨ, ਮਜ਼ਦੂਰ, ਔਰਤਾਂ, ਨੌਜਵਾਨ, ਵਿਦਿਆਰਥੀ ਸ਼ਾਮਲ ਹੋਏ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਨਾਮਵਰ ਭਾਜਪਾ ਦੇ RSS ਆਗੂਆਂ ਵੱਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਫਿਰਕੂ ਨਫ਼ਰਤ ਤੇ ਹਿੰਸਾ ਭੜਕਾ ਕੇ ਦਰਜਨਾਂ ਮੌਤਾਂ ਅਤੇ ਸੈਂਕੜੇ ਗੰਭੀਰ ਜ਼ਖਮੀ ਕਰਨ ਤੋਂ ਇਲਾਵਾ ਵਿਆਪਕ ਸਾੜ ਫੂਕ ਅਤੇ ਭੰਨਤੋੜ ਰਾਹੀਂ ਮੁਸਲਿਮ ਘਰ ਕਾਟ ਅਤੇ ਦੁਕਾਨਾਂ ਸਮੇਤ ਹਜ਼ਾਰਾਂ ਲੋਕ ਉਜਾੜੇ ਗਏ ਹਨ। 12 ਵਜੇ ਇਸ ਗੱਲ ਦਾ ਪਤਾ ਲੱਗਿਆ ਕਿ ਜੋ ਸ਼ਾਹੀਨ ਬਾਗ ਦੇ ਵਿੱਚ ਦਿੱਲੀ ਔਰਤਾਂ ਲਗਾਤਾਰ ਧਰਨਾ ਲਾਈ ਬੈਠੇ ਪਿਛਲੇ ਕਿੰਨੇ ਮਹੀਨਿਆਂ ਤੋਂ, ਉਹਨਾਂ ਨੂੰ ਉਠਾਉਣ ਦੇ ਲਈ ਉਹੀ ਗੁੰਡੇ RSS ਦੇ ਗੁੰਡੇ ਅਤੇ ਇਹਨਾਂ ਦੀ ਵਿਧਾਇਕਾਂ ਦੀ ਅਗਵਾਈ ਦੇ ਵਿੱਚ ਅੱਜ ਉਹਨਾਂ 'ਤੇ ਹਮਲਾ ਕਰਨ ਆ ਰਹੇ। ਇਹ ਗੱਲ ਸਾਨੂੰ 12 ਵਜੇ ਪਤਾ ਲੱਗਿਆ, ਸਾਨੂੰ ਐਸੀ ਕੋਈ ਅਫਵਾਹ ਨਾ ਹੋਵੇ, ਅਸੀਂ ਪੜਤਾਲ ਕਰੀ ਹੈ। ਪੜਤਾਲ ਦੇ ਵਿੱਚੋਂ ਸਾਬਤ ਹੋ ਗਿਆ ਕਿ ਉਹਨਾਂ ਦੀ ਪੂਰੀ ਤਰ੍ਹਾਂ ਇਹ ਸਕੀਮ ਹੈ। ਇਸ ਕਰਕੇ ਕਿ ਜੇ ਸਰਕਾਰ ਨੇ 48 ਘੰਟੇ ਪਹਿਲਾਂ ਉਹਨਾਂ ਨੂੰ ਖੁੱਲ੍ਹ ਦਿੱਤੀ ਹੈ, ਜਿਨ੍ਹਾਂ ਨੇ ਅੱਜ ਜੇਲ੍ਹ ਦੇ ਅੰਦਰ ਹੋਣਾ ਚਾਹੀਦੇ ਸੀ, ਉਹੀ ਫਿਰ ਗੈਂਗਾਂ ਨੂੰ ਨਾਲ ਲੈ ਕੇ ਆ ਕੇ ਸ਼ਹੀਨ ਬਾਗ 'ਤੇ ਹਮਲਾ ਕਰਦੇ ਹੈ। ਸਮਝਿਆ ਵੀ ਇਦੋਂ ਕੋਈ ਮਾੜੀ ਗੱਲ ਨਹੀਂ। ਅਸੀਂ ਉਸ ਗੱਲ ਨੂੰ ਰੋਕਣ ਦੇ ਲਈ ਦਿੱਲੀ ਦੀ ਸਰਕਾਰ ਨੂੰ ਹਲੂਣਾ ਦੇ ਕੇ ਜਗਾਉਣ ਦੇ ਲਈ ਕਿ ਆਹ ਜਿਹੜੀਆਂ ਕਾਰਵਾਈਆਂ ਕਰਾ ਰਹੇ ਹਾਂ ਉਹਨੂੰ ਬੰਦ ਕਰੋ। ਉਹਦੇ ਲਈ ਸਾਰੇ ਪੰਜਾਬ ਦੇ ਵਿੱਚ ਸ਼ਾਂਤੀ ਮਾਰਚ ਕਰ ਰਹੇ ਹਾਂ ਸਾਰੇ ਜ਼ਿਲ੍ਹਿਆਂ 'ਚ, ਅਤੇ ਇਕੱਲੇ ਸਿਰਫ ਬਰਨਾਲੇ ਦੇ ਵਿੱਚ ਅਸੀਂ 4 ਵਜੇ ਤੱਕਰ ਇਹ ਸਰਕਾਰ ਨੂੰ ਝਟਕਾ ਦੇਣ ਦੇ ਲਈ ਇਹ ਰੇਲ ਜਾਮ ਕੀਤਾ। ਇਸ ਦੇ ਬਾਵਜੂਦ ਸ਼ਾਹੀਨ ਬਾਗ ਧਰਨੇ ਸਮੇਤ ਲਗਭਗ ਸਮੁੱਚੇ ਮੁਸਲਿਮ ਭਾਈਚਾਰੇ ਦੇ ਜਬਤ ਵਿੱਚ ਰਹਿ ਕੇ ਜਵਾਬੀ ਹਿੰਸਾ ਤੋਂ ਪਰਹੇਜ਼ ਕੀਤਾ, ਜਿਹੜਾ ਹੱਕੀ ਸੰਘਰਸ਼ ਦਾ ਬਿਲਕੁਲ ਸਹੀ ਪੈਂਤੜਾ ਹੈ। ਬੁਲਾਰਿਆਂ ਨੇ ਪੁਲਿਸ ਸਮੇਤ ਸਮੁੱਚੀ ਰਾਜ ਮਸ਼ੀਨਰੀ ਦੇ ਫਿਰਕੂ ਹਿੰਸਾ ਪੱਖ ਜੱਗ ਜਾਹਰ ਰੋਲ ਦੀ ਸਖ਼ਤ ਨਿਖੇਧੀ ਕੀਤੀ ਅਤੇ ਇਸ ਪੈਂਤੜੇ ਨੂੰ ਦਿੱਲੀ ਅੰਦਰ ਮੁੜ 1984 ਵਾਲੇ ਅਤੇ ਪੂਰੇ ਦੇਸ਼ ਵਿੱਚ 1947 ਵਾਲੇ ਭਿਆਨਕ ਹਾਲਾਤ ਬਣਾਉਣ ਵੱਲ ਸੇਧਿਤ ਪਾੜੋ ਅਤੇ ਰਾਜ ਕਰੋ ਦੀ ਸਾਮਰਾਜੀ ਫਿਰਕੂ ਰਾਜਨੀਤੀ ਗਰਦਾਨਿਆ। ਜਿਸ ਦਿਨ ਇਹ ਦਿੱਲੀ ਦੇ ਵਿੱਚ ਘਟਨਾ ਵਾਪਰੀ ਹੈ ਜਾਂ ਉਦੋਂ ਪਹਿਲਾਂ ਯੂਪੀ ਦੇ ਵਿੱਚ 27 ਲੋਕ ਸੀ ਜਿਹੜੇ ਇਹਨਾਂ ਨੇ ਕਤਲ ਕੀਤੇ, ਉਦੋਂ ਤੋਂ ਲੈ ਕੇ ਕਹਿੰਦੇ ਆ ਰਹੇ ਹਾਂ ਕਿ ਰਾਜ ਕਰਦੀ ਸਰਕਾਰ ਹੈ ਜਿਹੜੀ ਭਾਜਪਾ ਦੀ, ਇਹ ਆਪਦੇ ਰਾਜ ਭਾਗ ਦੀ ਉਮਰ ਨੂੰ ਲੰਬੀ ਕਰਨ ਲਈ ਇਹ 84 ਵਾਲਾ 47 ਵਾਲਾ ਦੌਰ ਹੈ ਜਿਹੜਾ ਉਹ ਦੁਬਾਰੇ ਦੁਹਰਾ ਰਹੀ ਹੈ। ਉਹਨਾਂ ਦੇ ਮੰਤਰੀ ਬਿਆਨ ਦੇ ਰਹੇ ਸੀ ਸ਼ਰੇਆਮ। ਪ੍ਰਧਾਨ ਮੰਤਰੀ ਨੂੰ ਸੰਬੋਧਿਤ ਮੰਗ ਪੱਤਰ ਦੀ ਵਿਆਖਿਆ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਸ਼ਾਹੀਨ ਬਾਗ ਦਿੱਲੀ ਵਿਖੇ ਚੱਲ ਰਹੇ ਸ਼ਾਂਤਮਈ ਔਰਤਾਂ ਦੇ ਧਰਨੇ ਉੱਤੇ ਸੰਭਾਵਿਤ ਫਿਰਕੂ ਦਹਿਸ਼ਤਗਰਦ ਹਮਲੇ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਸ਼ਰੇਆਮ ਹਿੰਸਾ ਭੜਕਾਉਣ ਦੇ ਦੋਸ਼ੀ ਅਦਾਲਤ ਰਾਹੀਂ ਨਾਮਜ਼ਦ ਕਪਿਲ ਮਿਸ਼ਰਾ, ਅਨੁਰਾਗ ਠਾਕੁਰ, ਅਭੈ ਵਰਮਾ ਅਤੇ ਪ੍ਰਵੇਸ਼ ਵਰਮਾ ਸਮੇਤ ਤਮਾਮ ਹਮਲਾਵਰ ਗੁੰਡਿਆਂ ਵਿਰੁੱਧ ਬਣਦੇ ਸੰਗੀਨ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਨੇ ਅੱਗੇ ਕਿਹਾ ਕਿ ਹਿੰਸਾ ਦੌਰਾਨ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਵੀ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਵਾਰਸਾਂ ਬਰਾਬਰ 1-1 ਕਰੋੜ ਰੁਪਏ ਦਿੱਤਾ ਜਾਣਾ ਚਾਹੀਦਾ ਹੈ। ਉੱਥੋਂ ਦੀ ਪੁਲਿਸ ਹੈ ਜਿਹੜੀ ਉਹ ਮਦਦ 'ਤੇ ਸੀ, ਉਹਨਾਂ ਦੇ ਉਹ ਹਥਿਆਰਬੰਦ ਗੁੰਡਾ ਟੋਲੇ, ਇਹਨਾਂ ਦੇ RSS ਵਾਲੇ ਪਾਲੇ ਹੋਏ ਗੁੰਡੇ ਸੀ ਜਿਹੜੇ ਭਾਜਪਾ ਦੇ, ਉਹਨਾਂ ਨੇ ਸ਼ਰੇਆਮ ਲੋਕਾਂ ਨੂੰ ਕਤਲ ਕੀਤਾ ਆਪਦੇ ਹਥਿਆਰਾਂ ਦੇ ਨਾਲ। ਜਦੋਂ ਇਹਨਾਂ ਨੇ ਮੰਤਰੀ ਬਿਆਨ ਦੇ ਰਹੇ ਨੇ ਤੇ ਕਪਿਲ ਮਿਸ਼ਰਾ ਦਾ ਤਾਂ ਸ਼ਰੇਆਮ ਆਪਾਂ ਨੇ ਸਾਰਿਆਂ ਨੇ ਦੇਖਿਆ ਜੋ ਮੀਡੀਆ ਦੇ ਵਿੱਚ ਬੋਲਿਆ, ਉਹਦਾ ਰੋਲ ਸੀਗਾ, ਉਹ ਪਹਿਲੇ ਹੀ ਸੰਕੇਤ ਮਿਲ ਗਏ ਸੀ। ਇੱਥੋਂ ਭਾਰਤ ਦੀ ਸਰਕਾਰ ਜੇ ਲੋਕ ਪੱਖੀ ਹੁੰਦੀ ਜਾਂ ਇੱਥੋਂ ਦੀ ਪੁਲਿਸ ਸਾਡੀ ਪੱਖੀ ਹੁੰਦੀ, ਉਹਦੇ ਬਿਆਨ ਤੋਂ ਸਮਝ ਕੇ ਪਹਿਲੀ ਚੌਕਸੀ ਕਰਨੀ ਚਾਹੀਦੀ ਸੀ। ਇਹੀ ਗੱਲ ਤਾਂ ਸੰਕੇਤ ਦਿੰਦੀ ਹੈ ਕਿ ਭਾਜਪਾ ਦੇ ਕਹਿਣ ਦੇ ਉੱਤੇ ਸਾਰਾ ਕੁਝ ਹੋਇਆ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।